ਪੰਜਾਬ ਦੀ ਜਿੱਤ ਹੋਈ ਹੈ, ਪੰਜਾਬ ਦਾ ਪਾਣੀ ਬਚ ਗਿਆ। ਇਹੋ ਜਿਹੇ ਚੋਰਾਂ ਤੋਂ, ਰੈੱਡ ਇੰਡਸਟਰੀਆਂ ਤੋਂ, ਕਾਰਪੋਰੇਟਾਂ ਤੋਂ ਪੰਜਾਬ ਦਾ ਪਾਣੀ ਬਚ ਗਿਆ। ਟ੍ਰੀਟਮੈਂਟ ਪਲਾਂਟ ਬਣਾਏ ਨਹੀਂ, ਕਾਗਜ਼ਾਂ 'ਚ ਟ੍ਰੀਟਮੈਂਟ ਪਲਾਂਟ ਹੈਗੇ ਆ ਜੀ, ਉਈ ਉਹਨਾਂ ਦੀਆਂ ਸੋਚਾਈਆਂ ਮਤਲਬ ਛੱਡ ਦੇਣੀਆਂ ਜਦੋਂ ਕਿਤੇ ਅਫਸਰ ਨੇ ਆਉਣਾ, ਅਤੇ ਬਾਅਦ 'ਚ ਇਹਨਾਂ ਨੇ ਘੰਟੇ ਬਾਅਦ ਬੰਦ ਕਰ ਦੇਣੀਆਂ। 2010 ਦੀ ਇੱਕ ਵਿਧਾਨ ਸਭਾ ਦੀ ਕਮੇਟੀ ਬਣੀ ਸੀ ਜਿਸ 'ਚ ਇਹ ਇੰਡਸਟਰੀ ਡਿਫਾਲਟਰ ਲਾਨੀ ਗਈ ਸੀਗੀ, ਜਿਵੇਂ ਮਰਜ਼ੀ ਲਾਨੀ ਗਈ ਸੀਗੀ, ਚਾਹੇ ਉਹ ਫੰਡਸ ਦੇ ਮਾਮਲੇ ਲਾਨੀ ਗਈ ਸੀਗੀ, ਚਾਹੇ ਉਹ ਟ੍ਰੀਟਮੈਂਟ ਪਲਾਂਟਸ ਨਹੀਂ ਚਲਾਉਂਦੀ ਸੀ ਉਹਦੇ ਕਰਕੇ ਲਾਨੀ, ਕਈ ਕਾਰਨਾਂ ਕਰਕੇ ਲਾਨੀ ਗਈ। ਜੇਲ੍ਹ ਦੀ ਗੱਲ ਕਰਦੇ ਹੋ, ਦੇਖੋ ਜੀ, ਇਹਨਾਂ ਨੇ ਮਾਲਬਰੋਸ ਵਾਲਿਆਂ ਨੇ ਆਪਦਾ ਪੂਰਾ ਵਾਹ ਲਾ ਲਿਆ ਸੀਗਾ। ਮੈਂ 7 ਦਿਨ ਜੇਲ੍ਹ ਲਾ ਕੇ ਆਇਆ, 8ਵੇਂ ਦਿਨ ਆਇਆ, ਤਾਂ ਕੈਬਨਿਟ ਮੰਤਰੀ ਦੀ ਗੱਲ ਕਰਦੀ ਸੀ 'ਚ, ਇਹਨਾਂ ਨੂੰ ਪਹਿਲੀ ਗੱਲ ਨੌਲੇਜ ਹੀ ਹੈ ਨਹੀਂ ਗੀ ਕਿਸੇ ਗੱਲ ਦੀ, ਇੱਥੇ ਆਏ ਤਾਂ ਹੈ ਨਹੀਂ ਗੇ, ਇਹਨਾਂ ਨੂੰ ਕੀ ਪਤਾ ਇੱਥੇ ਕੀ ਬਣਦਾ ਕੀ ਨਹੀਂ। ਅੱਜ ਲੱਗਦਾ ਜੀ ਭਗਵੰਤ ਮਾਨ ਪੰਜਾਬ ਨਾਲ ਖੜ ਗਿਆ, ਖੜਨਾ ਹੀ ਪੈਣਾ ਸੀ ਇੱਥੇ, ਹੁਣ ਮਜਬੂਰੀ ਬਣ ਗਈ। ਖੜਿਆ ਉਦਣ ਗਿਣਾਂਗੇ ਜਿੱਦਣ ਇਹੋ ਜਿਹੇ ਫੈਸਲੇ ਪਹਿਲਾਂ ਹੀ ਹੋਣਗੇ। ਉਹਨੂੰ ਫਤਿਹ ਨੂੰ ਮੈਂ ਤੁਹਾਨੂੰ ਦੱਸਦਾ, ਉਹਦੇ ਫਾਦਰ ਮਿਲਣਗੇ ਜੀ, ਉਹਨਾਂ ਦੇ ਫਤਿਹ ਕਿਵੇਂ ਆ। ਉਹਦਾ ਪਹਿਲਾ ਸਵਾਲ ਸੀਗਾ ਵੀ ਧਰਨਾ ਵਧੀਆ ਚੱਲੀ ਜਾਂਦਾ ਹੈ, ਹਸੀਕਾਲ, ਮੈਂ ਸੁੱਖੀ ਮੰਘਾਣੀਆ, ਤੁਸੀਂ ਦੇਖ ਰਹੇ ਹੋ ਸਰਲੇਖ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝਾ ਮੋਰਚਾ ਜੀਰਾ ਦੀ ਮੁੱਖ ਮੰਗ ਕਿ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੀਆਂ ਭਰਾਤਰੀ ਜਥੇਬੰਦੀਆਂ ਦਾ ਸਾਥ ਮਿਲਿਆ ਇਸ ਮੋਰਚੇ ਨੂੰ, ਉਹਨਾਂ ਵਿੱਚ ਇੱਕ ਜਥੇਬੰਦੀ ਹੈ ਮਿਸਲ ਸਤਲੁਜ। ਮਿਸਲ ਸਤਲੁਜ ਦੇ ਆਗੂ ਦਵਿੰਦਰ ਸਿੰਘ ਸੇਖੋਂ ਜੀ ਮੇਰੇ ਨਾਲ ਨੇ, ਕਰਦਿਆਂ ਗੱਲਬਾਤ। ਸੇਖੋਂ ਸਾਹਿਬ, ਅੱਜ ਕਿਵੇਂ ਦੇਖਦੇ ਹੋ, ਸਰਕਾਰ ਝੁਕੀ ਹੈ ਜਾਂ ਇੱਕ ਵਾਰ ਥੋੜ੍ਹਾ ਜਿਹਾ ਬੈਕਫੁੱਟ 'ਤੇ ਗਈ ਲੱਗਦੀ ਹੈ? ਦੇਖੋ, ਸਰਕਾਰ ਜੇ ਤਾਂ ਅਸੀਂ ਵੇਖੀਏ ਤਾਂ ਝੁਕੀ ਆ ਸਰਕਾਰ ਜੀ, ਅਤੇ ਪਰ ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਰਗੜਤਾ ਜਾਂ ਜੇ ਉਹ ਵੀ ਨੱਕ ਰਗੜਤਾ। ਮੈਂ ਆਪਸ ਹੀ ਕਹਿੰਦੇ ਵੀ ਚਲੋ, ਮੁੱਖ ਮੰਤਰੀ ਦਾ ਧੰਨਵਾਦ ਆ, ਚਲੋ ਫੈਸਲਾ ਲਿਆ ਪਰ ਲੇਟ ਲਿਆ, ਅਤੇ ਨਾਲ ਹੀ ਗੱਲ ਇਹ ਆ ਵੀ ਅੱਗੇ ਤੋਂ ਲੋਕਾਂ ਨੂੰ ਮਹਿਸੂਸ ਕੀਤਾ ਅੱਜ ਲੱਗਦਾ ਜੀ ਭਗਵੰਤ ਮਾਨ ਪੰਜਾਬ ਨਾਲ ਖੜ ਗਿਆ, ਖੜਨਾ ਹੀ ਪੈਣਾ ਸੀ ਇੱਥੇ, ਹੁਣ ਮਜਬੂਰੀ ਬਣ ਗਈ। ਖੜਿਆ ਉਦਣ ਗਿਣਾਂਗੇ ਜਿੱਦਣ ਇਹੋ ਜਿਹੇ ਫੈਸਲੇ ਪਹਿਲਾਂ ਹੀ ਹੋਣਗੇ ਵੀ ਲੋਕਾਂ ਨੂੰ। ਇਹ ਧਰਨੇ ਹੁਣ 6 ਮਹੀਨੇ ਇੱਥੇ ਬੈਠੇ ਰਹੇ ਬੰਦੇ ਜੀ, 6 ਮਹੀਨੇ 'ਚ ਬੰਦਿਆਂ ਦਾ ਕੰਮ ਕਾਰ ਛੱਡ ਕੇ ਬੈਠੇ, ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਇੱਥੇ ਬੈਠ ਕੇ, ਪੰਜਾਬ ਦਾ ਨੁਕਸਾਨ ਹੋਇਆ, ਕੰਮ ਕਾਰ ਦਾ ਨੁਕਸਾਨ ਹੋਇਆ। ਇਹ ਤਾਂ ਪਹਿਲਾਂ ਹੀ ਚਾਹੀਦਾ ਸੀ ਇਹੋ ਜਿਹੇ ਫੈਸਲਿਆਂ ਨੂੰ, ਅਤੇ ਨਾਲ ਹੀ ਇਹ ਇਕੱਲਾ ਇਹ ਨਹੀਂ ਵੀ ਇਹ ਫੈਕਟਰੀ ਬੰਦ ਦਾ ਫੈਸਲਾ ਹੋ ਗਿਆ, ਨਾਲੇ ਹੋਣਾ ਚਾਹੀਦਾ ਜੀ ਇਹ ਸਾਰੇ ਇਲਾਕੇ ਦਾ ਜਿਹੜਾ ਨੁਕਸਾਨ ਹੋਇਆ, ਜਲ ਜੀਵਨ ਦਾ ਨੁਕਸਾਨ ਹੋਇਆ, ਉਹਦੀ ਦੁਆਰ ਤੋਂ ਅਸੈਸਮੈਂਟ ਹੋਵੇ। ਅਤੇ ਜਿਹੜੇ ਪਿੱਛੇ ਬੰਦੇ ਜਿਹੜੇ ਹੁਣ 2 ਰੀਸੈਂਟਲੀ ਮੌਤਾਂ ਹੋਈਆਂ ਇਹਦੇ ਕਰਕੇ, ਉਹਨਾਂ ਨੂੰ ਵੀ ਕੋਈ ਸਰਕਾਰ ਸਹਿਯੋਗ ਦੇਵੇ, ਰਾਸ਼ੀ ਦੇਵੇ, ਸਹਿਯੋਗੀ ਰਾਸ਼ੀ ਦੇਵੇ ਜਾਂ ਉਹਨਾਂ ਨੂੰ ਨੌਕਰੀ ਦੇਵੇ। ਅਤੇ ਨਾਲ ਹੀ ਜਿਹੜਾ ਇੱਥੋਂ ਦਾ ਨੁਕਸਾਨ ਹੋ ਗਿਆ, ਜਿਵੇਂ ਹੁਣ ਪਾਣੀ ਤਾਂ ਡੈਮੇਜ ਹੋ ਗਿਆ, ਇਹ ਤਾਂ ਹੁਣ ਮਾੜਾ ਹੀ ਨਿਕਲਣਾ ਸਾਨੂੰ ਪੀਣ ਵਾਲਾ, ਕਿਉਂਕਿ ਸਾਫ ਤਾਂ ਹੋ ਨਹੀਂ ਸਕਦਾ, ਤਾਂ ਉਹਦੇ ਫੈਕਟਰੀ ਨੂੰ ਇੱਕ ਤਾਂ ਡੈਮੇਜ ਪੈਣ, ਬਣਦੀ ਸਜ਼ਾ ਹੋਵੇ, ਅਤੇ ਨਾਲ ਹੀ ਇੱਥੇ ਪ੍ਰਬੰਧ ਕਰੇ ਗਵਰਨਮੈਂਟ ਕੋਈ ਉਹ ਡੈਮੇਜ ਜਿਹੜੇ ਇਹਨੂੰ ਪੈਣ ਉਹਦੇ ਵਿੱਚੋਂ, ਤਾਂ ਕਿ ਲੋਕਾਂ ਨੂੰ ਚੰਗਾ ਪਾਣੀ ਪੀਣ ਵਾਲਾ ਮਿਲ ਸਕੇ, ਖੇਤਾਂ ਵਾਸਤੇ ਵੀ ਮਿਲ ਸਕੇ। ਪਾਏ ਗਏ ਪਰਚਿਆਂ ਨੂੰ ਅਜੇ ਤੱਕ ਰੱਦ ਨਹੀਂ ਕੀਤਾ। ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ 2 ਮੌਤਾਂ, ਪਰ ਅੰਕੜੇ ਇਹ ਬਹੁਤ, ਜੇ ਸਰਵਾ ਕੀਤਾ ਜਾਊਗਾ ਤਾਂ ਅੰਕੜੇ ਬਹੁਤ ਵੱਡੇ ਨਿਕਲ ਕੇ ਆਉਣਗੇ ਇਸ ਗੰਦਲੇ ਪਾਣੀ ਕਰਕੇ। ਹਾਂਜੀ ਹਾਂਜੀ, ਕੀ ਮੁੱਖ ਮੰਗ ਹੈ, ਕੀ ਲੱਗਦਾ ਵੀ ਇਹ ਸਰਕਾਰ ਉੱਥੇ ਕੀ ਰੁੱਖ ਅਪਣਾਉਣਾ ਚਾਹੀਦੀ ਹੈ? ਉਹ ਤਾਂ ਪਹਿਲਾਂ ਹੀ ਹੈ ਜੀ, ਇਹਨਾਂ 'ਤੇ ਹੋਣੇ ਚਾਹੀਦੇ, ਅਤੇ ਜਿਹੜਾ ਫੈਕਟਰੀ ਓਨਰ ਉਹ 'ਤੇ ਪਰਚਾ ਹੋਣਾ ਚਾਹੀਦਾ। ਜਿਹੜੇ ਬਾਕੀ ਜਿਹੜੇ ਸਾਡੇ 'ਤੇ ਬੰਦਿਆਂ 'ਤੇ ਪਰਚੇ ਸੀਗੇ, ਉਹ ਅਸੀਂ ਤਾਂ ਇਹੀ ਹੈ ਵੀ ਉਹ ਰੱਦ ਕਰਨੇ ਚਾਹੀਦੇ ਸਰਕਾਰ ਨੂੰ, ਅਤੇ ਨਹੀਂ ਕੋਈ ਐਡਾ ਪਰਵਾਹ ਨਹੀਂ ਹੈਗੀ ਜੀ ਮੁੰਡਿਆਂ ਨੂੰ। ਮੈਂ ਵੇਖਿਆ ਜਿਹੜੇ ਜੇਲ੍ਹ ਜੂਲ ਜਾ ਕੇ ਫਤਿਹ ਵਰਗੇ, ਉਹਨੂੰ ਫਤਿਹ ਨੂੰ ਮੈਂ ਤੁਹਾਨੂੰ ਦੱਸਦਾ ਉਹਦੇ ਫਾਦਰ ਮਿਲਣਗੇ ਜੀ, ਉਹਨਾਂ ਦੇ ਫਤਿਹ ਕਿਵੇਂ ਆ। ਉਹਦਾ ਪਹਿਲਾ ਸਵਾਲ ਸੀਗਾ ਵੀ ਧਰਨਾ ਵਧੀਆ ਚੱਲੀ ਜਾਂਦਾ ਹੈ, ਆਹਦੇ ਹਾਂ ਵਧੀਆ ਚੱਲੀ ਜਾਂਦਾ, ਫਿਰ ਕੋਈ ਨਹੀਂ ਭਾਵੇਂ ਮੈਨੂੰ 6 ਮਹੀਨੇ ਬਾਈ ਰੱਖੋ ਇੱਥੇ ਵੀ ਫੈਕਟਰੀ ਬਣਦਾ, ਸੋ ਉਹਦੀ ਕੋਈ ਬਹੁਤੀ ਪਰਵਾਹ ਨਹੀਂ ਹੈਗੀ। ਇੱਕ ਜੇਲ੍ਹ ਦਾ ਸਫ਼ਰ ਅਤੇ ਅੱਜ ਜਿੱਤ ਦਾ ਜਸ਼ਨ ਕਿਵੇਂ ਦੇਖਦੇ ਹੋ? ਸਰ, ਸਭ ਤੋਂ ਪਹਿਲਾਂ ਤਾਂ ਦਾਦਾ ਜੀ ਥੈਂਕ ਯੂ ਸੋ ਮੱਚ, ਤੁਸੀਂ ਆਏ ਹੋ, ਚਲੋ ਦੇਰ ਆਏ ਦਰੁਸਤ ਆਏ, ਜਿਹੜੀ ਅਸੀਂ ਜੰਗ ਦੀ ਗੱਲ ਕਰ ਰਹੇ ਹਾਂ ਜਿੱਤ ਲਈ ਹੈ, ਕਿ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਤੁਸੀਂ ਸਾਡੀ ਇੱਥੇ ਇੰਟਰਵਿਊ ਕਰਨ ਆਏ ਹੋ, ਬਾਈਟ ਕਰਨ ਆਏ ਹੋ, ਅਤੇ ਤੁਸੀਂ ਸਾਡੇ ਗਮ 'ਚ ਵੀ ਆਉਂਦੇ ਰਹੇ। ਮੈਨੂੰ ਪਤਾ ਜੀ ਤੁਸੀਂ ਟਰਾਲੀ 'ਤੇ ਵੀ 1-2 ਵਾਰੀ ਤੁਹਾਡੇ ਨਾਲ ਬਾਈਟ ਕੀਤੀ, ਉਦੋਂ ਵੀ ਆਉਂਦੇ ਰਹੇ ਹਾਂ ਜਦੋਂ ਸਾਡੇ 'ਤੇ ਪੁਲਿਸ ਚੜ੍ਹ ਚੜ੍ਹ ਕੇ ਆਉਂਦੀ ਸੀਗੀ, ਅਸੀਂ ਸਾਰੀ ਪ੍ਰੈਸ ਦਾ ਸਨਮਾਨ ਕਰਦੇ ਹਾਂ ਜੀ। ਜਿਹੜੀ ਤੁਸੀਂ ਗੱਲ ਕਰਦੇ ਹੋ ਜੇਲ੍ਹ ਦੀ ਗੱਲ ਕਰਦੇ ਹੋ, ਦੇਖੋ ਜੀ, ਇਹਨਾਂ ਨੇ ਮਾਲਬਰੋਸ ਵਾਲਿਆਂ ਨੇ ਆਪਦਾ ਪੂਰਾ ਵਾਹ ਲਾ ਲਿਆ ਸੀਗਾ। ਮੈਂ 7 ਦਿਨ ਜੇਲ੍ਹ ਲਾ ਕੇ ਆਇਆ, 8ਵੇਂ ਦਿਨ ਆਇਆ, ਪਰ ਮੈਂ ਕਦੇ ਵੀ
पिछे नहीं सोचा है। मैं क्या हूँ जो जेल इन्होंने विखाती है हूँ असं बंद करा के ही रहेंगे, जिन्ना चेर बंद नहीं हो जाती असं इतों उठना ही नहीं। ये मैं स्टेजा जो चल बोलता हूँ मैं उदों भी यही गल कहता हूँ कि जेल जानी पवी पई मैं अगे होके जाऊँगा, मैं अगे होके गया, मैं कोई गुस्सा गला नहीं है गा भी मैं जाऊँगा, मैं गया भी जाके भी आ गए हैं, तो जाके आके भी असं धरने वधिया चलाया जी, हैंडल किया चला रहे हैं, कोई प्रॉब्लम नहीं। तो पर जी जित हैगी अच बहुत वीड्डी है, पंजाब की जित हुई है, पंजाब का पानी बच गया, यहोजे चोरों तो रैड इंडस्ट्रिया तो कारपोरेटा तो पंजाब का पानी बच गया, जोड़े रोज़ डेली बेस से लखा लीटर पानी कड़ते जी फिर पोल्यूट करते फिर धरती पा देंगे दे, मर्जियों पोल्यूशन कंट्रोल बोर्ड कोई रोल अदा नहीं करता सही, जिड़िया जिम्मेवार पोल्यूशन कंट्रोल बोर्ड को करनिया चाहिए थी उन्हें नहीं की गई, एक बहुत ज़्यादा मतलब पोल्यूशन कंट्रोल बोर्ड का नैगेटिव रोल रहा मालबॉस इंडस्ट्री के केस के एक भी उन्हें सही काम नहीं किया गा, जो सही काम किया हाँ साढ़े लोग नहीं से इन्ने मरने गए, साड़िया जाना नहीं सी इन किसी दानिया ना पशु मरने थी ना लोग मरने थी ना इनवायरमेंट खराब होना सी ना साड़ी धरती खराब होनी सी ना साड़ी हवा खराब होनी सी। फैक्ट्री बंद का ऐलान हो गया हाँ जी, पर जेडे खमियाजे ये इलाका भुगत रहे जेडे पिंड तुसी भुगत रहे हो उन्हां खमियाजा का की करोगे? सर देखो साडा अंडरग्राउंड वाटर कोई शक नहीं पल्यूट होया गया, होया वह क्योंकि इन्होंने 15-16 साल धरती के थले पानी पाते रहे, मालबॉस इंडस्ट्री वाले कैमिकल वाला पानी पाते रहे, 3 यूनिट चलते है जी एथेनॉल प्लांट अलकोहल फैक्ट्री तो कैमिकल प्लांट, तो उन्होंने जिन्ना वेस्टेज सीगा सारे का ये थले ही पाते रहे, ट्रीटमेंट प्लांट चलाए नहीं, कागजा च ट्रीटमेंट प्लांट है जी उन्होंने सुचाइया मतलब छड़ देनियाँ जो कि अफसर ने आना तो बाद ने घंटे बाद बंद कर देनियाँ, कागजा च सी चलाए कद भी नहीं, तो है भी छोटे लैवल के सी एड्डी वड्डी इंडस्ट्री है तो छोटे छोटे इन्हों के ट्रीटमेंट प्लांट सके, यानी कि टोटली इन्हों का कम जाली सगा जी, कोई काम इन्होंने सही नहीं किया गा किसी एंगल तो सही नहीं किया, पोल्यूशन आ जो पोल्यूशन के नॉर्म्स आ वो गलत आ, जिड़िया चिमनिया इन्हें फैक्ट्री दियाँ बड़िया नेड़े आ लिंक रोड आ मसूरवाल जाता जी चिमनिया बड़िया नेड़े आ, पोल्यूशन दे नॉर्म्स के अकॉर्डिंग चिमनी 100 मीटर तो होनी चाहिए आ पासे रोड तो, वो हर एक चीज़ एक स्पैसीफिक चीज टर्म होंगी है भी जड़ी चीज़ कितने होनी चाहिए आ, वो गलत सी फैक्ट्री रूलों भी गलत आ कागजा भी गलत आ, जी पब्लिक हेयरिंग हुई मैं पहला दस के दूजे वीर दसिया वाइट कर वो 172 बंद पब्लिक हेयरिंग होगी, 150 बंदा बहरला 150 बंदा बहरला थोड़े जे बंदे इतों के इंडस्ट्री इतने लगी है बहरला बंदा फिर क्यों सदा बी तू इतों के सद तू फिर इतों के जो लोगों को पता लगे वाकई इंडस्ट्री लाई है तू फिर जे इतों के तुम बुला किसी ने साइन ही नहीं करने से तो इनू एन ओ सियाँ किमें मिल गई सानू तो हैरानी होंगी ये कोई नहीं एन ओ सियाँ किमें लै गई फिर वह कई कह रहे थे इतने कोई कैमिकल ही नहीं बनता गा 3 कैमिकल बनते हैं सिल्वर पोटाशियम साइनाइड तो 2 होर कैमिकल मेरे को सारी अपना फाइल के इनफॉर्मेशन हैगी तो लिखा हुआ सारा जोड़े बनते हैं जी गंदे कैमिकल आ हाईली एक्सपोजेबल कैमिकल आ लोगों मतलब कि सेहत लई खतरनाक कैमिकल जोड़े इतने बनते हैं जी फिर एथेनॉल का प्लांट लगा हुआ आ तुसी गेट पर जाओ उत्ते बोर्ड अपना लगा बैनर लगा भी एथेनॉल जे इतने ब्लास्ट हो जाता तो कितना नुकसान होगा भी ये तो दूर रहो यार यहोजे प्लांट तुसी क्यों साडे इलाके च लाउणे आ यार उपजाऊ जमीन आ पंजाब दी पानी वधिया हवा वधिया धरती वधिया ते तुसी इहोजे लोगों नू मारन वाले बंबा वाले प्लां जिहड़े हाईली एक्सपोजेबल खतरनाक प्लांट लिया लै के तुसी इत्थे लाई जांदे ये इंडस्ट्रियां पंजाब नू बर्बाद करना चाहुंदियां रैड इंडस्ट्रियां सर अभी तो सरकार को अपील करते यहोजी इंडस्ट्री कदे भी ना लगे तो जे कि लगती है वो विरोधता करो उन्होंने बंद कराओ पंजाब का पानी बच जूगा जे यहोजियां ना बंद रहनगियां इंडस्ट्रियां क्योंकि पंजाब खेती प्रधान सूबा खेती के बेस से प्रोजेक्ट लाए जान जो पंजाब नू किसे हिसाब नाल अपलिफ्ट करना ये इंडस्ट्रियां नाल कुछ नहीं होना गा फिर टैक्स भी चोरी करते रहे 2010 की एक विधानसभा की कमेटी बनी थी जिस ये इंडस्ट्री डिफॉल्टर लानी गई सी जिमें मर्जी लानी गई सी चाहे वह फंड्स के मामले लानी गई सी चाहे वह ट्रीटमेंट प्लांट्स नहीं चलाउंदी सी उहदे करके लानी कई कारण करके लानी गई सी उस ऑर्डर भी सीगे भी मालबॉस इंडस्ट्री गलत कर रही है सही तरीके की इंडस्ट्री नहीं हैगी पर फिर भी मल्होत्रा धक्के ना चला गया धक्के ना चला गया सरकार ना सैटिंग सी मल्होत्रे की जो जिहदी सरकार आउंदी सी उहदा सैटिंग कर ली कर लैंदा सीगा मल्होत्रा तो पर हुण जिहड़ा आह सीएम साहब ने फैसला दिता जी असीं स्वागत करते हैं जो सीएम साहब नहीं बंद करते थे असं सीएम साहब ने भी गलत कहें सीएम साहब तुम गलत हो पंजाब के पानी वाले स्टैंड नहीं लै रहे पर अज उन्होंने स्टैंड लै लिया असं उन्हों का वेलकम करते हैं तो असं उन्हों का थैंक्स करते हैं।
पंजाब दा कैबिनेट मंत्री अमन अरोड़ा हाँ जी संत सीचेवाल दे बयान नूं ओ बयान ते अज उन्हां दे मुख्यमंत्री भगवंत मान दा बयान कि देखते हो सर? देखो जी कैबिनेट मंत्री की गल करते हैं तुसीं च इन्हां नूं पहली गल नॉलेज ही है नहीं गी किसी गल की इत्थे आए तो है नहीं गे इन्हां नूं की पता इत्थे की बनता की नहीं किन्ने बंदे इन्हां दे मरे आ जिहड़ा कॉज ऑफ कैंसर आ क्यों हो रहा इन्हों कुछ नहीं पता है गा स्टेटमेंटा दे देंगे अमन अरोड़ा कह रहा है कि साइंटिफिक प्रूफ दे दो जिहड़े बंदे बूटा सिंह मर के थोड़े दिन हो गए टोला मरिया तो कह के गया रात को भी मेरी मौत का कारण मालप्रोस इंडस्ट्री आ ਸਾਡੇ ਕੋਲੇ ਸੈਂਪਲ ਆ ਰਿਪੋਰਟਾਂ ਆ ਸਭ ਕੁਛ ਆ ਗੰਦਾ ਪਾਣੀ ਨਿਕਲਦਾ ਰਟੋਲਰੀ ਇੱਕ ਵੀ ਘਰ ਚੋਂ ਅੱਜ ਨਿਕਲ ਰਿਹਾ ਅਤੇ ਜਿਹੜੀਆਂ ਇਹ ਰਿਪੋਰਟਾਂ ਰਿਪਾਟਾਂ ਨਿਕਲ ਗਈਆਂ 63 ਬੰਦਾ ਪੈਸੇ ਦੇ ਕੇ ਪਾਸ ਕਰਾ ਲੈਂਦਾ ਜਿਹੜੀ ਮੋਨੀਟਰਿੰਗ ਟੀਮ ਆਈ ਸੀਗੀ ਉਹ ਇਸ ਕੰਮ ਲਈ ਨਹੀਂ ਸੀ ਆਈ ਹੋਈ ਇੱਥੇ ਉਹਦਾ ਹੋਰ ਕੰਮ ਸੀਗਾ ਠੀਕ ਹੈ ਅਤੇ ਦੂਸਰੀ ਗੱਲ ਉਹ ਆਈ ਆ 26 ਦਿਨਾਂ ਬਾਅਦ 40 ਦਿਨਾਂ ਬਾਅਦ ਰਿਪੋਰਟ ਪੇਸ਼ ਕਰਦੀ ਇਹ ਗੱਲ ਕਿੱਧਰ ਨੂੰ ਜਾਂਦੀ ਆ ਫਿਰ ਸਰਕਾਰ ਕਿਵੇਂ ਕਹਿ ਸਕਦੀ ਇਹਨਾਂ ਦੀਆਂ ਰਿਪੋਰਟਾਂ ਸਹੀ ਆ ਉਹ ਜਿਹੜੀਆਂ ਰਿਪੋਰਟਾਂ ਬਣਾਉਂਦੀ ਸੀ ਮੋਨੀਟਰਿੰਗ ਟੀਮ ਮਲਹੋਤਰੇ ਦੇ ਦਫ਼ਤਰ 'ਚ ਬਣਦੀਆਂ ਸੀ ਮਲਹੋਤਰਾ ਕੋਲ ਬਹਿ ਕੇ ਬਣਾਉਂਦਾ ਸੀਗਾ ਅਫਸਰਾਂ ਨੂੰ ਮਲਹੋਤਰੇ ਦੇ ਫੋਨ ਪਹਿਲਾਂ ਆ ਜਾਂਦੇ ਹੁੰਦੇ ਸੀਗੇ ਯਾਰ ਐਂ ਕਰ ਦਿਓ ਉਹ ਆਪਣਾ ਹੀ ਸੈਂਪਲ ਆ ਫਿਰ ਇਹਨਾਂ 'ਤੇ ਕੀ ਯਕੀਨ ਕਰ ਲਾਂਗੇ ਵੀ ਇਹ ਮੈਂ ਕਹਿੰਦਾ ਜਿਹੜੇ ਆ ਬਾਬਾ ਜੀ ਹੋਏ ਜਾਂ ਮੰਤਰੀ ਸਾਹਿਬ ਇੱਥੇ ਆ ਇਲਾਕੇ ਦਾ ਤੁਸੀਂ ਗਰਾਊਂਡ 'ਚ ਆਓ ਗਰਾਊਂਡ 'ਚ ਆ ਕੇ ਰਿਪੋਰਟ ਵੇਖੋ ਕਿੰਨੇ ਲੋਕ ਮਰ ਗਏ ਆ ਅੰਡਰਗਰਾਊਂਡ ਵਾਟਰ ਪਲਿਊਟ ਹੋ ਗਿਆ ਜਾਨਵਰ ਮਰ ਰਹੇ ਆ ਇਲਾਕਾ ਬਰਬਾਦ ਹੋਇਆ ਪਿਆ ਇਨਵਾਇਰਮੈਂਟ ਤਬਾਹ ਹੋਇਆ ਪਿਆ ਉਹ ਐਵੇਂ ਬਿਆਨ ਦੇਈ ਜਾਂਦੇ ਪਤਾ ਨਹੀਂ ਇਹਨਾਂ ਨੂੰ ਥਾਉ ਨਹੀਂ ਆ ਕਿਸੇ ਗੱਲ ਦਾ ਇੱਥੇ ਆ ਕੇ ਵੇਖਣ ਤਾਂ ਅਸੀਂ ਸਰਵੇ ਤਾਂ ਕਰਨ ਆਹ ਧਰਨੇ ਦੌਰਾਨ ਹੀ 15 ਤੋਂ 20 ਬੰਦੇ ਸਾਡੇ ਆ ਦੋ ਪਿੰਡਾਂ ਦੇ ਮਰ ਗਏ ਜੀ ਅਤੇ ਜੇ ਐਵਰੇਜ ਕੱਢ ਲਈਏ ਸ਼ੁਰੂ ਦੀ ਪਤਾ ਨਹੀਂ ਕਿੰਨੇ 100 ਬੰਦਾ ਮਰ ਗਿਆ ਮਰਨ ਦਾ ਕਾਰਨ ਕੀ ਹੈ ਇਹ ਫੈਕਟਰੀ ਪਲਿਊਟ ਵਾਟਰ ਕੈਮੀਕਲ ਵਾਲਾ ਵਾਟਰ ਫੈਕਟਰੀ ਬੰਦ ਕਰਨ ਦਾ ਹੁਕਮ ਹੋਇਆ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਫਿਰ ਇਹਨਾਂ ਦੇ ਮੁਆਵਜ਼ੇ ਇਹਨਾਂ ਦਾ ਜਿਹੜੇ ਪਰਿਵਾਰ ਉੱਜੜ ਚੁੱਕੇ ਨੇ ਜਿਹੜੇ ਪਰਿਵਾਰਾਂ ਦੇ ਘਰਾਂ ਦੇ ਘਰ ਬਰਬਾਦ ਹੋ ਚੁੱਕੇ ਨੇ ਹੁਣ ਇਹ ਮੋਰਚਾ ਇੱਥੇ ਬੰਦ ਕਰੋਗੇ ਜਾਂ ਅੱਗੇ ਕੀ ਪਲਾਨ ਹੈ? ਦੇਖੋ ਸਰ ਸਾਡੀ ਨਾ ਜੀ 10 ਮੈਂਬਰੀ ਜਿਹੜੀ ਕਮੇਟੀ ਆ ਉਹ ਫੈਸਲੇ ਕਰੂਗੀ ਮੋਰਚੇ ਦੇ ਬਾਬਤ ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਮੈਂ ਵੀ ਉਹਦਾ ਬਕਾਇਦਾ ਮੈਂਬਰ ਹਾਂ ਜੀ ਅਤੇ ਜਿਹੜਾ ਇਹਨਾਂ ਨੇ ਲੋਕਾਂ ਨੂੰ ਆ ਨੁਕਸਾਨ ਕੀਤਾ ਜਾਂ ਅਸੀਂ ਕੋਰਟ ਦੇ ਵਿੱਚ ਕੰਪਨਸੇਸ਼ਨ ਪਾਵਾਂਗੇ ਇਹਨਾਂ 'ਤੇ ਜੀ ਵੀ ਰਿਕਵਰੀ ਦਿਓ ਜੀ ਅਤੇ ਸਰਕਾਰ ਨੂੰ ਇੱਕ ਕਹਾਂਗੇ ਬਾਕਾਇਦਾ ਹੈਲਥ ਦੀਆਂ ਟੀਮਾਂ ਆਉਣ ਵਿਜ਼ਿਟ ਕਰਨ ਸਾਡੇ ਲੋਕਾਂ ਦਾ ਸਰਵੇ ਕੀਤਾ ਜਾਵੇ ਸਾਰੇ ਪਿੰਡਾਂ ਨੂੰ ਜਿਹੜੀ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਫਰੀ 'ਚ ਉਹਨਾਂ ਦਾ ਇਲਾਜ ਕੀਤਾ ਜਾਵੇ ਤਾਂ ਕਿ ਉਹੋ ਜਿਹੀਆਂ ਬਿਮਾਰੀਆਂ ਉੱਥੇ ਹੀ ਰੁਕ ਜਾਣ ਅੱਗੇ ਤੋਂ ਕਿਸੇ ਨੂੰ ਨਾ ਹੋਣ ਸਾਡਾ ਇਲਾਕਾ ਬਚ ਜਾਵੇ ਜੇ ਇੰਡਸਟਰੀ ਚਲੋ ਅੱਜ CM ਸਾਹਿਬ ਨੇ ਇੱਕ ਸਟੇਟਮੈਂਟ ਦੇ ਦਿੱਤੀ ਜਾਂ ਬਿਆਨ ਸਭ ਕੁਛ ਕਰਤਾ ਵੀ ਬੰਦ ਹੋ ਗਈ ਆ ਹੁਣ ਤੋਂ ਸਾਡਾ ਇਲਾਕਾ ਬਚ ਜੂਗਾ ਇੱਕ ਕੋੜ ਤੋਂ ਸਾਡਾ ਜੀ ਖਿਹੜਾ ਛੁੱਟ ਜੂਗਾ ਅਤੇ ਸਾਡਾ ਇਲਾਕਾ ਪਹਿਲਾਂ ਵਰਗੀ ਜ਼ਿੰਦਗੀ ਜਾਊਂਗਾ ਜਦੋਂ 2004-05 ਇੰਡਸਟਰੀ ਨਹੀਂ ਸੀਗੀ ਇੱਥੋਂ ਦੇ ਜਿਹੜੇ ਹਾਲਾਤ ਸੀ ਨੋਰਮਲ ਸੀ ਇਨਵਾਇਰਮੈਂਟ ਸਹੀ ਸੀ ਪਾਣੀ ਸਹੀ ਸੀ ਹਵਾ ਸਹੀ ਸੀ ਫਸਲਾਂ ਸਹੀ ਸੀ ਧਰਤੀ ਸਹੀ ਸੀ ਉਹੋ ਜਿਹੀ ਜ਼ਿੰਦਗੀ 'ਚ ਅਸੀਂ ਹੌਲੀ ਹੌਲੀ ਸਮਾਂ ਲੱਗ ਜੂ ਠੀਕ ਹੋ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ? ਸਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਜਦੋਂ ਜਦੋਂ ਵੀ ਪੰਜਾਬ ਦੇ ਉੱਤੇ ਕੋਈ ਪਾਣੀਆਂ ਦੀ ਜੰਗ ਲੜਨੀ ਪੈਂਦੀ ਹੈ ਲੜੋ ਘਰੇ ਨਾ ਬੈਠੋ ਘਰ ਬੈਠਣ ਵਾਲੇ ਕੋਈ ਜੰਗ ਨਹੀਂ ਜਿੱਤਦੇ ਹੁੰਦੇ ਅਸੀਂ 6 ਮਹੀਨਿਆਂ ਦੇ ਕਰੀਬ ਲੜਕੇ ਜੰਗ ਜਿੱਤੀ ਆ ਅਸੀਂ ਉਹ ਤਾਂ ਨਹੀਂ ਜਿੱਤੀ ਜੇਲ੍ਹਾਂ ਵੀ ਵੇਖੀਆਂ ਸਿਹਤ ਦੀ ਵੀ ਧਾਏ ਸਭ ਕੁਛ ਵੇਖਿਆ ਪਰ ਅਸੀਂ ਸਿਦਕ ਨਹੀਂ ਛੱਡਿਆ ਹੈਗਾ ਲੜਦੇ ਰਹੇ ਅਸੀਂ ਸਰਕਾਰ ਨੂੰ ਮਜਬੂਰ ਕਰਤਾ ਵੀ ਇਹਨੂੰ ਬੰਦ ਕਰ ਅੱਜ ਸਰਕਾਰ ਨੂੰ ਕਰਨਾ ਪੈ ਗਿਆ ਚਾਹੇ ਉਹ CM ਸਾਹਿਬ ਨੂੰ ਕੋਈ ਇਹਨਾਂ ਦੀਆਂ ਘੁੰਡੀਆਂ ਪਤਾ ਲੱਗੀਆਂ ਹੋਣਗੀਆਂ ਜਾਂ CM ਸਾਹਿਬ ਨੇ ਜਦੋਂ ਸਾਡੀ ਮੀਟਿੰਗ ਸੀਗੀ ਉਹਦੇ ਵਿੱਚ ਇੱਕ ਗੱਲ ਕਹੀ ਸੀਗੀ ਸਾਨੂੰ ਸਾਰਿਆਂ ਨੂੰ ਵੀ ਮੈਨੂੰ ਇੱਕ ਵੀ ਪੁਆਇੰਟ ਪਤਾ ਲੱਗ ਜੇ ਇਹ ਫੈਕਟਰੀ ਗਲਤ ਆ ਮੈਂ ਬੰਦ ਕਰ ਦੂੰ ਹੋ ਸਕਦਾ ਸਾਡੇ ਹਿਸਾਬ ਨਾਲ ਕੋਈ CM ਸਾਹਿਬ ਨੂੰ ਕੋਈ ਨਾ ਕੋਈ ਪੁਆਇੰਟ ਮਿਲ ਗਿਆ ਹੋਵੇ ਕਲੂ ਮਿਲ ਗਿਆ ਹੋਵੇ ਇਸ ਇੰਡਸਟਰੀ ਖਰਾਬ ਕਰ ਰਹੀ ਆ ਇਹਨੂੰ ਬੰਦ ਕਰੋ। ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ? ਅੱਜ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ। ਦੇਖੋ ਜੀ ਜਿੱਤ ਦੇ ਜਸ਼ਨ ਸਾਡੇ ਕਹਿ ਦਈਏ ਵੀ ਪਹਿਲਾਂ ਤਾਂ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ। ਤੁਸੀਂ ਵੀ ਪਹਿਲੇ ਦਿਨ ਤੋਂ ਸਾਡੇ ਨਾਲ ਜੁੜੇ ਹੋ, ਸਾਡੀ ਆਵਾਜ਼ ਨੂੰ ਤੁਸੀਂ ਇੱਥੋਂ ਤੱਕ ਪਹੁੰਚਾਇਆ ਕਿ 6 ਮਹੀਨਿਆਂ ਬਾਅਦ ਸੁੱਤੀ ਹੋਈ ਸਰਕਾਰ ਜਾਗ ਪਈ, ਠੀਕ ਆ, ਜਿਹੜੇ ਕਿ ਸਾਡੇ 'ਤੇ ਸ਼ਾਇਦ ਸਰਕਾਰ ਨੇ ਕੀਤੇ ਨੇ ਪਹਿਲਾਂ ਵੀਰ ਦੱਸ ਕੇ ਗਿਆ, ਅਸੀਂ ਉਹਨਾਂ ਨੂੰ ਨਿੰਦਣਯੋਗ ਕਹਿੰਦੇ ਹਾਂ, ਪਰ ਜੇ ਹੁਣ ਉਹਨਾਂ ਨੇ ਉਹ ਜੇ ਆਹ ਕੰਮ ਕੀਤਾ ਅਸੀਂ ਉਹਨੂੰ ਸ਼ਲਾਘਾਯੋਗ ਵੀ ਕਹਿੰਦੇ ਹਾਂ ਵੀ ਜਿਹੜਾ ਉਹਨਾਂ ਨੇ ਫੈਸਲਾ ਲਿਆ ਸਾਡੇ ਹੱਕ 'ਚ। ਹੁਣ ਰਹੀ ਗੱਲ ਸੰਤ ਸੀਚੇਵਾਲ ਦੀ, ਸੰਤ ਸੀਚੇਵਾਲ ਜੀ ਕਹਿੰਦੇ ਹੁੰਦੇ ਸੀਗੇ ਜਦੋਂ ਆਪਾਂ ਉਹਨਾਂ ਦੇ ਦੇਖਦੇ ਹੁੰਦੇ ਸੀਗੇ ਮੰਨ ਲਓ ਕਿੱਥੇ ਕਿੱਥੇ ਉਹ ਗਏ ਨੇ, ਉਹ ਕਹਿੰਦੇ ਨੇ ਸਾਡੀਆਂ ਅੱਖਾਂ ਲੈਬ ਦਾ ਕੰਮ ਕਰਦੀਆਂ ਨੇ, ਉਹ ਇੱਥੇ ਹੁਣ ਲੈਬ ਦਾ ਕੰਮ ਉਹਨਾਂ ਦੀਆਂ ਅੱਖਾਂ ਵੀ ਇਹ ਫੇਲ ਹੋ ਚੁੱਕੀਆਂ ਨੇ, ਠੀਕ ਆ।
उन्हां दे फोटो वीडियो वायरल हो रही ने जो जिदनों साडे कोले पहुंचे सी साडे हलके दे एमएलए साहब भी पहुंचे सी वह भी कह के गए ने खुद ऑन रिकॉर्ड आ साडे कोले वीडियो वह कह के गए ने भी वाकई तुसीं सही बैठे हो पानी गंदा नहीं पीण योग ठीक आ। उस तो बाद रिपोर्ट जिवें वीर दस के गया 40 दिनों बाद रिपोर्ट आउंदी कहिंदे पानी सही आ बिल्कुल पीण योग आ। अज सरकार सीएम साहब कह रहे हैं कि यह फैक्टरी प्रदूषण फैला रही है इनू बंद करना चाहिए असी सरकार तौर पर बंद कर दें ठीक है कह रहे हैं तो अज उन्होंने हम आपस में बयान किमें एडजस्टमेंट हो गए फिर आ साडे वीर खेड़े खड़े ने नाल ये खुद जेल जाके आए ने गे 6-7 दिन जिन्ना टाइम साढ़े तो इन्होंने दहशतगर्दी ते जेल भी कटिया पर हुण जिहड़ी गल रही जिवें सरकार इन्होंने हाई कोर्ट से केस किया भी सरकार विरुद्ध तो पर सरकार नूं जुर्माना भरना पै गया सी 15-20 करोड़ दे विच ठीक आ। हुण असीं जिवें तुसीं सवाल किया सी उस सवाल का जवाब दे रहे हैं कि जिन्ना नुकसान इस फैक्टरी ने साडे परिवारां दा कीता जानी जां माली जां पशुआं दा नुकसान होया क्योंकि जिहड़ा इह मुद्दा लैके असीं तुले सीगे इह मुद्दा किले एक परिवार का नहीं सी एक कुदरती खिलवाड़ कर रही थी फैक्टरी कुदरत दे नाल क्योंकि पानी तो हरेक ने पीना आपां भी पीना पशुआं ने पीना जीव जंतुआं ने पीना पानी का मुद्दा सी जिहड़ा क्योंकि पहला ही पानी अपने कोले बहुत घाट है साडे इस इलाके च नहरी पानी ना आउण कारण पानी साडे डूंघे च आ रहे सी दिन ब दिन इन्हां दी नहर भाई सानू तां वाही योग जमीनां नूं नहरी पानी नहीं मिल रहा सी थोड़े अज असीं वीडियो राहीं दसना चाहुंदे ने साडे इत्थों दी नहर लंघदी आ खुद इन्हों का सरकार नाल भी जन के गांह हो करके इन्होंने उतों पाइपलाइन पा के खुद 24 घंटे नहर का पानी यूज करते हैं कितों की कि महानता दे रहे हैं यह पानी नहरी यूज कर साडे खेतों तो पानी नहीं मिल रहा है ठीक आ। हुण रही गल मुआवजे की जिहड़ा इन्होंने 15-20 करोड़ इन्हों मुआवजा मिलिया वो असी मुआवजा साडे किसानां नूं साडे परिवारां नूं जिन्हां दा नुकसान होया असी उन्हां च कहीं मोर्चा इतों उठना नहीं गा क्योंकि साडी 19 तरीक नूं मीटिंग आ सारे संगत की जथेबंदियों की 11 बजे 19 तरीक नूं मीटिंग आ जो मीटिंग सरकार दे मान लो भी किसानों वालों जां संगत वालों फैसला लवेंगे उस तो बाद उठावे उन्हां च कि असी मोर्चा उठना नहीं गा इतों जी जी। हाँ जी भाई जी की नाम तुहाड़ा? मेरा भाजी रुपिंदर सिंह नाम जी हरभजन सिंह दा लड़का मैं रटोरो ही पिंड आ जी। रुपिंदर किन्ने दिन जेल जाके आए हो? असीं 7 दिन ला गए जी जेल दे विच। कदे पहला गए सी जेल? नहीं जी पहला नहीं गए सीगे। अज लोकां दे इस वगदे हड़ दे विच एक लोक संघर्ष जेल जाके आए हो एक दोषी होकर जेल जाना गलत काम करके अज एक लोकां दे पेट चो जेल जाना की फर्क लगता है? फर्क जी इदा हों मान लो तो आप दोष करके जाना वा वो चीज़ होर अलग हुंदी आ ये मान लो लोगों ने सानू माण भी बहुत ज़्यादा बख्शिया और देखो जी जेल दे विच भी सानू माण बहुत ज़्यादा बख्शिया 1800 कैदियों की जेल आ जी 1800 कैदी सानू मिलन आया कि तुसीं सही काम लई आए हैं कि साडा माण ताण इन्ना किया उन्होंने छड्ड ही गल्लां दो कि ये जिहड़ियां मान लो हुण संत सीचेवाल सीगे हुण तुसीं देखो पैसे लई एक बंदा कित्थों तक गिर सकता ये तो मानते ना मानते तू दस सामने तेरे देखता पिया वा तू वीडियो तेरिया बनिया तू सामने पानी भर के लग गया वा फिर तू की बयान दे रहा वा एक पैसे लिए एक आप जान तो आप सारे देनी परमात्मा ठीक है ना जी गल आप परमात्मा जान तो आप सारे देनी देनी भी मरना मैं भी मरना है ना तो देखो एक पैसे लिए मनुख कितों तक गिर रहा वा ठीक है ना जी तो उन्होंने मैसेज आ कि इन्ना ना गिरो कि आने वाले थोनू कह कि माड़ा कहेंगा कहना कि उस बंदे दी इज्जत सीगी मैं तो उस चीज़ को बाबा भी नहीं कहना पसंद करता है कि बाबा कहां मैं उस चीज़ को नहीं गलत गल वो एक मनुख आ ठीक है मनुख को इन्ना नहीं गिरना चाहिए जिन्ना कि वह इस टाइम मोर्चे के गिर गया कि कुर्सी ले यार कादे ले ठीक है ना गल जी 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 वेखो जी बस तुसी सुनिया जीरा मोर्चा दे इन्हां अणखी योधियां नूं बेशक पंजाब सरकार ने पंजाब दे मुख्यमंत्री भगवंत मान ने फैक्टरी नूं बंद करन दा ऐलान कर दित्ता है पर अजे होर बहुत सारिया मंगा ते अटकलां लगिया हुई ने मीटिंग होनी बाकी है मोर्चे दी की फैसला होएगा ये समा दसेगा ये मोर्चा की रुख अपनाएगा ये समा दसेगा सो बने रहो सिरलेख दे नाल।